ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਫਾਰਮਰ ਅਤੇ ਅੱਜ ਦੀ ਇਹ ਵੀਡੀਓ ਸਾਡੀ ਫਿਲਮ ਰਜ਼ਾ ਇਸ਼ਕ ਦੇ ਸੰਬੰਧ 'ਚ ਹੈ ਜੀ, ਜੋ ਕਿ ਅੱਜ ਰਿਲੀਜ਼ ਹੋਣੀ ਸੀਗੀ ਬਟ ਨਹੀਂ ਰਿਲੀਜ਼ ਹੋ ਰਹੀ ਕਿਉਂਕਿ ਸਾਨੂੰ ਸ਼ੋਜ਼ ਨਹੀਂ ਮਿਲੇ। ਕੈਸੀ ਗੱਲ ਆ ਕਿ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਸ਼ੋਜ਼ ਨਹੀਂ ਮਿਲੇ, ਹਿੰਦੀ ਸਿਨੇਮਾ ਚੱਲਦਾ ਪਿਆ ਆ। ਦੂਜੀ ਗੱਲ ਕਿ ਅਸੀਂ ਹੀ ਹਿੰਦੀ ਸਿਨੇਮਾ ਦੇਖ ਰਹੇ ਹਾਂ, ਅਸੀਂ ਅਕਸਰ ਹੀ ਪੰਜਾਬ ਗੱਲ ਕਰਦੇ ਹਾਂ ਕਿ ਪੰਜਾਬੀ ਹਿੰਦੀ ਨੂੰ ਪੰਜਾਬੀ ਨੂੰ ਹਿੰਦੀ ਤੋਂ ਖਤਰਾ ਆ, ਬਟ ਆਪਾਂ ਹੀ ਇਹ ਫਿਲਮਾਂ ਦੇਖ ਰਹੇ ਹਾਂ। ਸਾਨੂੰ ਇਹ ਨਹੀਂ ਹੈਗਾ ਕਿ ਤਰੀਕ ਅੱਗੇ ਕਰ ਲਓ, ਸਾਨੂੰ ਵੀ ਕਿਹਾ ਗਿਆ ਸੀ ਕਿ ਤਰੀਕ ਅੱਗੇ ਕਰ ਲਓ, ਅਸੀਂ ਇੱਥੇ ਕੋਈ ਮਤਲਬ ਮੁਕੱਦਮਾ ਥੋੜ੍ਹੀ ਲੜ ਰਹੇ ਹਾਂ, ਹੈ ਨਾ, ਕਚਹਿਰੀ ਥੋੜ੍ਹੀ ਬੈਠੇ ਹਾਂ ਕਿ ਮੁਕੱਦਮਾ ਲੜ ਰਹੇ ਹਾਂ ਕਿ ਹਾਂ ਵੀ ਤਰੀਕ ਅੱਗੇ ਪਾਈ ਜਾਓ। ਵੀ ਸਾਡੀ ਪੰਜਾਬ ਦੀ ਫਿਲਮ ਆ, ਪੰਜਾਬੀ ਫਿਲਮ ਆ, ਰੀਜਨਲ ਫਿਲਮ ਆ, ਉਹਨੂੰ ਬੰਬੇ ਤੋਂ ਤੈਅ ਕੀਤਾ ਜਾਂਦਾ ਕਿ ਤੁਹਾਨੂੰ ਕਿੰਨੇ ਸ਼ੋਜ਼ ਦੇਣੇ ਆ ਕਿ ਨਹੀਂ ਦੇਣੇ। ਦੂਜਾ, ਨਵੇਂ ਕਲਾਕਾਰ ਨੂੰ ਮੈਨੂੰ ਕਿਹਾ ਜਾਂਦਾ ਵੀ ਤੂੰ ਨਵਾਂ ਕਲਾਕਾਰ ਆ, ਨਵੇਂ ਕਲਾਕਾਰ ਨੂੰ ਹੋਰ ਜ਼ਿਆਦਾ ਮਿਹਨਤ ਦੀ ਲੋੜ ਕਰਨੀ ਪੈਂਦੀ ਆ, ਮਿਹਨਤ ਕਰਨੀ ਪੈਂਦੀ ਆ, ਮਤਲਬ ਕਿਹਾ ਕਹਿਣਾ ਪੈਂਦਾ ਭਾਈ ਸਾਨੂੰ ਵੀ ਸ਼ੋਜ਼ ਦਿਓ। ਜਿਵੇਂ ਕਿ ਮਰਾਠੀ ਸਿਨੇਮੇ ਦੇ ਵਿੱਚ ਹੈਗਾ ਅਤੇ ਹੋਰ ਵੀ ਸਿਨੇਮੇ ਵਿੱਚ ਹੈਗਾ ਕਿ ਉੱਥੇ ਜੇ ਕੋਈ ਵੱਡੀ ਫਿਲਮ ਲੱਗੀ ਹੋਵੇ ਪਰ ਜੇ ਵਿੱਚ ਮਰਾਠੀ ਫਿਲਮ ਆਉਂਦੀ ਹੋਵੇ ਤਾਂ ਉਹਨਾਂ ਨੂੰ ਸ਼ੋਜ਼ ਦੇਣੇ ਪੈਂਦੇ ਆ, ਪਰ ਪੰਜਾਬ ਵਿੱਚ ਨਹੀਂ। ਅਤੇ ਆਪਾਂ ਸਾਨੂੰ ਹਿੰਦੀ ਫਿਲਮਾਂ ਸਾਡੀ ਭਾਸ਼ਾ 'ਚ ਨਹੀਂ ਦਿਖਾਉਂਦੇ, ਜਦਕਿ ਜਿਹੜਾ ਸਾਊਥ ਦਾ ਸਿਨੇਮਾ ਆ ਉਹਨਾਂ ਦੀ ਭਾਸ਼ਾ 'ਚ ਉਹਨਾਂ ਦੀਆਂ ਡੱਬ ਕਰਦੇ ਆ, ਪਰ ਸਾਡੇ ਪੰਜਾਬੀ 'ਚ ਨਹੀਂ ਡੱਬ ਕਰਦੇ। ਜੇ ਸਾਡੇ ਜਿਹੜੇ ਹਿੰਦੀ ਫਿਲਮਾਂ ਆ ਪੰਜਾਬੀ 'ਚ ਡੱਬ ਕੀਤੀ ਹੋਣ ਤਾਂ ਮੈਨੂੰ ਕੋਈ ਆਪੱਤੀ ਨਹੀਂ ਹੈਗੀ, ਪਰ ਆਹ ਜ਼ਰੂਰ ਹੈਗਾ ਕਿ ਇੱਕ ਹਿੰਦੀ ਫਿਲਮ ਕਰਕੇ ਪੰਜਾਬੀ ਪੰਜਾਬ ਸਟੇਟ ਵਿੱਚ ਪੰਜਾਬ ਦੇ ਸੂਬੇ ਵਿੱਚ ਪੰਜਾਬੀ ਫਿਲਮ ਅਤੇ ਦੂਜੇ ਕਸੂਰਵਾਰ ਅਸੀਂ ਵੀ ਹਾਂ ਕਿ ਅਸੀਂ ਹੀ ਹਿੰਦੀ ਫਿਲਮਾਂ ਵੇਖਦੇ ਹਾਂ, ਹੈ ਨਾ। ਮੈਂ ਪੰਜਾਬੀ ਫਿਲਮ ਬਣਾਈ ਸੀਗੀ ਕਿ ਪੰਜਾਬ ਦੇ ਆਪਾਂ ਨਾ ਆਪਣੇ ਖਿੱਤੇ ਦੀ ਫਿਲਮ ਆ, ਤਾਂ ਪਰ ਜੇ ਅਸੀਂ ਹਿੰਦੀ ਦੀ ਗੱਲ ਕਰ ਦਈਏ ਤਾਂ ਅਸੀਂ ਇੱਕ ਪਾਸੇ ਗਾਲਾਂ ਕੱਢਣ ਲੱਗ ਪੈਂਦੇ ਕਿ ਹਿੰਦੀ ਦੀ ਗੱਲ ਕਰਦਾ ਆ, ਦੂਜੇ ਪਾਸੇ ਅਸੀਂ ਪੰਜਾਬੀ ਆਪਦੀ ਲੈਂਗੁਏਜ ਨੂੰ ਸਪੋਰਟ ਨਹੀਂ ਕਰਦੇ ਹੈਗੇ। ਅਸੀਂ ਕਹਿੰਦੇ ਜ਼ਰੂਰ ਹਾਂ, ਸਪੋਰਟ ਨਹੀਂ ਕਰਦੇ ਹੈਗੇ, ਹੈ ਨਾ। ਸੋ ਤੀਜੀ ਗੱਲ ਵੀ ਮੇਰੀ ਸਰਕਾਰਾਂ ਜਿਹੜੀਆਂ ਸਰਕਾਰਾਂ ਉਹਨਾਂ ਤੱਕ ਅਪੀਲ ਹੈ, ਜਿਹੜੀ ਪੰਜਾਬ ਸਰਕਾਰ ਆ, ਕਿ ਭਾਈ ਜਿੱਦਾਂ ਬਾਕੀ ਸਟੇਟਾਂ ਵਿੱਚ ਸਿਨੇਮੇ ਨੂੰ ਪੰਜਾਬ ਉਹਨਾਂ ਦੀ ਲੈਂਗੁਏਜ ਦੇ ਸਿਨੇਮੇ ਨੂੰ ਜਗ੍ਹਾ ਮਿਲੀ ਹੋਈ, ਇਵੇਂ ਹੀ ਸਾਨੂੰ ਵੀ ਘੱਟੋ ਘੱਟ ਸ਼ੋਜ਼ ਮਿਲਣੇ ਚਾਹੀਦੇ। ਵੀ ਜਿਹੜੀ ਮਰਜ਼ੀ ਫਿਲਮ ਲੱਗੀ ਹੋਵੇ ਵੀ ਪੰਜਾਬ ਦੇ ਪੰਜਾਬੀ ਰੀਜਨਲ ਫਿਲਮ ਜੇ ਆਵੇ ਉਹਨੂੰ ਸ਼ੋਜ਼ ਮਿਲਣੇ ਹੀ ਚਾਹੀਦੇ ਆ। ਇਹ ਨਾ ਹੋਵੇ ਕਿ ਸਾਨੂੰ ਡਿਸਟ੍ਰੀਬਿਊਟਰ ਜਾਂ ਸ਼ੋਅ ਸਿਨੇਮੇਜ਼ ਵਾਲੇ ਕਹਿੰਦੇ ਵੀ ਸਾਡਾ ਬਿਜ਼ਨਸ ਚੱਲਦਾ ਪਿਆ ਕਿ ਅੱਗੇ ਤਰੀਕ ਲੈ ਜਾਓ, ਅੱਗੇ ਤਰੀਕ ਲੈ ਜਾਓ, ਹੈ ਨਾ। ਅਸੀਂ ਮੁਕੱਦਮਾ ਨਹੀਂ ਕੋਈ ਲੜ ਰਹੇ ਹੈਗੇ ਹਾਂ, ਵੀ ਕਲਾਕਾਰ ਨੇ ਮਿਹਨਤ ਕੀਤੀ ਹੁੰਦੀ ਆ, ਤਰੀਕ ਇੱਕ ਮਿੱਥੀ ਹੁੰਦੀ ਆ, ਹੈ ਨਾ। ਇਹ ਥੋੜ੍ਹੀ ਤਰੀਕ ਅੱਗੇ ਕਰੀ ਜਾਓ, ਸਾਨੂੰ ਹੁਣ ਤਰੀਕ ਅੱਗੇ ਕਰਨੀ ਪੈਣੀ। ਹੁਣ ਮੈਨੂੰ ਆਪ ਨਹੀਂ ਪਤਾ ਹੈਗਾ ਜੋ ਰੱਖੀਏ, ਕਿਉਂਕਿ ਅਸੀਂ ਪ੍ਰਮੋਸ਼ਨ ਕੀਤੀ ਵੀ ਸਾਨੂੰ ਸ਼ੋਜ਼ ਮਿਲਣ। ਮੇਰੀ ਇਹੀ ਤਕਰਾਰ ਸੀਗੀ ਸਭ ਨਾਲ ਕਿ ਯਾਰ ਸਾਡੀ ਫਿਲਮ ਆ, ਪੰਜਾਬ ਦੀ ਫਿਲਮ ਆ, ਸਾਨੂੰ ਮਤਲਬ ਪੰਜਾਬ ਤੋਂ ਬਾਹਰ ਵਾਲੇ ਲੋਕ ਦੱਸ ਤੁਹਾਨੂੰ ਸ਼ੋਜ਼ ਕਿੰਨੇ ਮਿਲਣੇ ਆ, ਅਸੀਂ ਨਹੀਂ ਕੁਛ ਵੀ ਡਿਸਾਈਡ ਕਰ ਸਕਦੇ। ਇਹ ਕਿਹਾ ਜੀ ਉਹ ਆ, ਹੈ ਨਾ। ਸੋ ਪੰਜਾਬ ਸਰਕਾਰ ਨੂੰ ਵੀ ਮੇਰੀ ਅਪੀਲ ਆ, ਸਾਰੇ ਜਿੰਨੇ ਆਰਟਿਸਟ ਆ ਉਹਨਾਂ ਨੂੰ ਵੀ ਅਪੀਲ ਆ, ਪਲੀਜ਼ ਹੋਇਆ ਕਰੋ, ਤਰੀਕ ਹੀ ਨਾ ਅੱਗੇ ਪਾਈ ਜਾਇਆ ਕਰੋ। ਮੈਂ ਅਕਸਰ ਦੇਖਿਆ ਕਿ ਤਰੀਕ ਅੱਗੇ ਪਾ ਦਿੰਦੇ ਆ, ਤਰੀਕ ਅੱਗੇ ਪਾ ਦਿੰਦੇ ਆ, ਆਪਣੇ ਬੋਲੇ ਬਿਨਾਂ ਹੀ ਤਰੀਕ ਅੱਗੇ ਪਾ ਲੈਂਦੇ ਆ, ਆਪਣੇ ਵੀ ਚਲੋ ਚੱਲ ਹੋ ਜਾਂਦੀ ਆ, ਪਰ ਐਵੇਂ ਨਹੀਂ ਚਾਹੀਦਾ ਹੈਗਾ ਜੀ। ਮਿਹਨਤ ਲੱਗੀ ਹੁੰਦੀ ਹਰੇਕ ਦੀ। ਸੋ ਇਹੀ ਆ, ਹੁਣ ਮੈਨੂੰ ਪਤਾ ਨਹੀਂ ਮੈਂ ਕਦੋਂ, ਕਿਉਂਕਿ ਸਾਡੇ ਕੋਲ ਸ਼ੋਜ਼ ਹੈ ਨਹੀਂ, ਅੱਗੇ ਵੀ ਪਤਾ ਹੀ ਨਹੀਂ ਹੈਗਾ ਸ਼ੋਜ਼ ਕਿੰਨੇ ਦੇਣੇ ਆ ਕਿੰਨੇ ਕੁ ਨਹੀਂ। ਸੋ ਤੁਸੀਂ, ਮੇਰੀ ਤਾਂ ਇਹੀ ਅਪੀਲ ਹੈ ਕਿ ਤੁਸੀਂ ਯੂਟਿਊਬ ਉਹਦੇ ਰਜ਼ਾ ਇਸ਼ਕ ਦਾ ਟ੍ਰੇਲਰ ਪਿਆ ਜੀ, ਉਹਨੂੰ ਸਰਚ ਕਰੋ, ਉਹਨੂੰ ਦੇਖੋ ਦੇਖੋ ਅਤੇ ਸਾਨੂੰ ਸਪੋਰਟ ਕਰੋ, ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ, ਤਾਂ ਕਿ ਮੈਂ ਸਿਨੇਮੇ ਵਾਲਿਆਂ ਨੂੰ ਦਿਖਾ ਸਕਾਂ ਵੀ ਅਸੀਂ ਵੀ ਪੰਜਾਬ ਦੀ ਸਪੋਰਟ 'ਚ ਖੜ੍ਹੇ ਹਾਂ। ਨਹੀਂ ਤਾਂ ਉਹ ਪਹਿਲਾਂ ਮੈਨੂੰ ਕਹਿੰਦੇ ਸੀ ਵੀ ਤੇਰੀ ਆਰਟ ਫਿਲਮ ਆ, ਫਿਰ
ਮੈਨੂੰ ਕਿਹਾ ਗਿਆ ਕਿ ਤੂੰ ਨਵਾਂ ਆ, ਫਿਰ ਕਹਿੰਦੇ ਕਿ ਤੂੰ ਸਾਡੀ ਲੌਬੀ ਵਿੱਚ ਨਹੀਂ ਹੈਗਾ। ਮਤਲਬ ਸਟੇਟਮੈਂਟ ਹੀ ਬਦਲੀ ਜਾਂਦੇ ਆ, ਕਿਉਂਕਿ ਹਿੰਦੀ ਸਿਨੇਮਾ ਅਸੀਂ ਹੀ ਦੇਖ ਰਹੇ ਹਾਂ, ਉਹਨਾਂ ਦਾ ਵੀ ਕਸੂਰ ਨਹੀਂ ਹੈਗਾ, ਅਸੀਂ ਹੀ ਦੇਖ ਰਹੇ ਹਾਂ, ਤਾਂ ਕਰਕੇ ਉਹਨਾਂ ਨੇ ਸਾਰਾ ਕੁਛ ਕੈਪਚਰ ਕੀਤਾ ਕਿ ਇੱਕ ਰੀਜਨਲ ਫਿਲਮ ਨੂੰ ਸ਼ੋਜ਼ ਹੀ ਨਹੀਂ ਦੇ ਰਹੇ। ਕਿੱਡੀ ਮਾੜੀ ਗੱਲ ਆ ਇੱਕ ਸਟੇਟ ਲਈ ਕਿ ਉਹਨਾਂ ਦੀ ਲੈਂਗੁਏਜ ਨੂੰ ਸ਼ੋਜ਼ ਨਹੀਂ ਮਿਲਦੇ, ਹੋਰਾਂ ਲੈਂਗੁਏਜ ਲਈ ਸ਼ੋਜ਼ ਹੈਗੇ ਆ, ਪੰਜਾਬੀ ਫਿਲਮ ਲਈ ਸ਼ੋਜ਼ ਨਹੀਂ ਹੈਗੇ। ਤੋ ਮੇਰੀ ਕਲਾਕਾਰਾਂ ਨੂੰ ਵੀ ਅਪੀਲ ਹੈ, ਭਾਈ ਆਪਣੇ ਲਈ ਖੜ ਜਾ ਕਰੋ, ਇੱਕ ਇਹ ਇੱਕ ਨਵੇਂ ਕਲਾਕਾਰਾਂ ਲਈ ਆ, ਸਾਨੂੰ ਪ੍ਰੂਵ ਕਰਨਾ ਪੈਂਦਾ, ਘੱਟੋ ਘੱਟ ਸ਼ੋਜ਼ ਤਾਂ ਦਿਓ, ਤਾਂ ਹੀ ਪ੍ਰੂਵ ਕਰ ਸਕਦੇ ਹਾਂ। ਹੁਣ ਮੈਨੂੰ ਸ਼ੋਜ਼ ਹੀ ਨਹੀਂ ਮਿਲੇ। ਲਾਸਟ ਡੇ ਤੱਕ ਮੇਰਾ ਇਹੀ ਜੱਦੋ ਜਹਿਦ ਸੀ ਕਿ ਮੈਨੂੰ ਸ਼ੋਜ਼ ਮਿਲ ਜਾਣ, ਹੈ ਨਾ, ਕਿ ਤਾਂ ਕਿ ਅਸੀਂ ਰਿਲੀਜ਼ ਕਰ ਸਕੀਏ, ਅੱਗੇ ਥੋੜ੍ਹੀ ਤਰੀਕ ਪਾਉਣਾ ਆ ਹੈਗਾ ਜੀ। ਸੋ ਪੰਜਾਬ ਵਾਲਿਆਂ ਨੂੰ ਇਹੀ ਅਪੀਲ ਹੈ ਜੀ ਮੇਰੀ, ਜਿਹੜੇ ਵੀ ਕੋਈ ਵੀਡੀਓ ਦੇਖਦੇ ਆ ਪਲੀਜ਼ ਯੂਟਿਊਬ 'ਤੇ ਜਾਓ, ਸਾਡਾ ਟ੍ਰੇਲਰ ਦੇਖੋ, ਉੱਥੇ ਲੋਕਾਂ ਨੂੰ ਅੱਗੇ ਸ਼ੇਅਰ ਕਰੋ, ਆਪਣੇ ਪੰਜਾਬ ਵਾਲਿਆਂ ਨੂੰ ਸ਼ੇਅਰ ਕਰੋ ਕਿ ਸੋਹਣਾ ਸਿਨੇਮਾ ਵੀ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਇੱਕ ਸੋਹਣੀ ਫਿਲਮ ਬਣਾਈ ਆ, ਮੈਂ ਕੋਈ ਐਵੇਂ ਭਕਾਈ ਨਹੀਂ ਮਾਰੀ ਹੋਈ, ਹੈ ਨਾ। ਸੋ ਪਲੀਜ਼ ਮੇਰੀ ਰਿਕੁਐਸਟ ਆ, ਤਾਂ ਕਿ ਅਸੀਂ ਆਪਣੀ ਪੰਜਾਬੀ ਮਤਲਬ ਲੈਂਗੁਏਜ ਦੇ ਵਿੱਚ ਇਹ ਵੀ ਇੱਕ ਆਉਂਦਾ ਆ ਕਿ ਸੋਹਣੀਆਂ ਚੀਜ਼ਾਂ ਨੂੰ ਵੀ ਅਸੀਂ ਸਾਂਭ ਕੇ ਰੱਖ ਲਈਏ। ਇਹੀ ਨਹੀਂ ਆਉਂਦਾ ਹੈਗਾ ਕਿ ਕਿਤਾਬਾਂ 'ਚ ਹੀ ਇਕੱਲਾ ਉਹ ਚੇਂਜ ਕਰ ਦਿੰਦੇ ਆ, ਸਾਰੇ ਕਿਤੇ ਮਲਗੋਬਾ ਹੋ ਰਿਹਾ ਆ, ਮਲਗੋਬਾ ਤਾਂ ਸਾਰੇ ਕਿਤੇ ਹੋ ਰਿਹਾ। ਤੁਹਾਨੂੰ ਹਿੰਦੀ ਫਿਲਮ ਦਿਖਾਈ ਜਾ ਰਹੀ ਆ ਸਿੰਪਲ, ਉੱਧਰ ਡੱਬ ਕੀਤਾ ਜਾ ਰਿਹਾ ਆ, ਹੈ ਨਾ, ਫਿਰ ਅਸੀਂ ਸਾਨੂੰ ਕਹਿੰਦੇ ਨਹੀਂ ਪੰਜਾਬੀ 'ਚ ਡੱਬ ਕਰਕੇ ਦਿਖਾਉਂਦੇ। ਸੋ ਜਾਂ ਤਾਂ ਪੰਜਾਬੀ 'ਚ ਵੱਡੀ ਲੈਂਗੁਏਜ ਬਹੁਤ ਵੱਡੀ ਆ ਜੀ, ਸੋ ਪਲੀਜ਼ ਆਪਣੀ ਲੈਂਗੁਏਜ ਨੂੰ ਪਿਆਰ ਕਰੋ। ਮੈਂ ਨਹੀਂ ਕਹਿੰਦਾ ਕਿ ਤੁਸੀਂ ਨਾ ਦੇਖੋ, ਦੇਖੋ, ਬਟ ਆਪਦਿਆਂ ਆਪਦੀ ਲੈਂਗੁਏਜ ਲਈ ਵੀ ਕੁਝ ਦੇਖ ਲਿਆ ਕਰੋ, ਜਿਹੜੀ ਚੰਗੀ ਚੀਜ਼ ਆ ਉਹਨੂੰ ਤਾਂ ਜ਼ਰੂਰ ਦੇਖਿਆ ਐਪਰੀਸ਼ੀਏਟ ਕਰਨਾ ਬਣਦਾ, ਜ਼ਰੂਰ ਦੇਖਣਾ ਬਣਦਾ। ਮੇਰੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਆ, ਮੈਨੂੰ ਕੋਈ ਚੱਕਰ ਨਹੀਂ ਹੈਗਾ, ਮਤਭੇਦ ਵੱਖਰੇ ਆ ਜੀ, ਇੱਕ ਸੋਹਣੀ ਚੀਜ਼ ਸੋਹਣੀ ਚੀਜ਼ ਹੁੰਦੀ ਆ। ਸੋ ਥੈਂਕ ਯੂ, ਧੰਨਵਾਦ ਆ ਤੁਹਾਡਾ, ਸਪੋਰਟ ਕਰੋ ਤਾਂ ਕਿ ਮੈਂ ਵੀ ਸਿਨੇਮੇ ਵਾਲਿਆਂ ਨੂੰ ਦਿਖਾ ਸਕਾਂ ਕਿ ਲੋਕ ਜਿਹੜੇ ਨੇ ਮੈਨੂੰ ਪੰਜਾਬ ਦੀ ਔਡੀਅੰਸ ਵਧੀ ਆ, ਅਤੇ ਉਹ ਚੰਗਾ ਸਿਨੇਮਾ ਦੇਖਣਾ ਚਾਹੁੰਦੀ ਆ, ਜਿਹਦੇ ਵਿੱਚ ਕੁਛ ਹੋਵੇ ਤਾਂ ਹੀ ਮੈਂ ਅਗਲੀਆਂ ਫਿਲਮਾਂ ਬਣਾ ਸਕਾਂ, ਚੰਗਾ ਸਿਨੇਮਾ ਹੋਰ ਵਧੀਆ ਬਣਾ ਸਕਾਂ, ਜਿਹੜੇ ਮੇਰੇ ਥੋਟਸ ਨੇ ਕਿ ਜਿਵੇਂ ਮੇਰੀਆਂ ਫੋਟੋਆਂ ਮੈਨੂੰ ਅਕਸਰ ਕਿਹਾ ਜਾਂਦਾ ਵੀ ਤੇਰੀਆਂ ਫੋਟੋਆਂ ਬਹੁਤ ਕਮਾਲ ਹੁੰਦੀਆਂ ਨੇ, ਉਹ ਮੈਂ ਫੋਟੋਆਂ ਹੁਣ ਫਿਲਮਾਂ 'ਚ ਦਿਖਾਉਣਾ ਚਾਹੁੰਦਾ, ਉਹ ਫੋਟੋ ਸੀਗੀਆਂ, ਹੁਣ ਮੈਂ ਮੋਸ਼ਨ ਪਿਕਚਰ 'ਚ ਜਾਣਾ ਚਾਹੁੰਦਾ ਤਾਂ ਕਿ ਮੈਂ ਉਹਨਾਂ ਚੀਜ਼ਾਂ ਨੂੰ ਹੋਰ ਵੱਡਾ ਕਰ ਸਕਾਂ। ਸੋ ਪਲੀਜ਼ ਸਪੋਰਟ, ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਪੰਜਾਬੀ ਤੱਕ ਜਾਵੇ, ਸਾਡਾ ਟ੍ਰੇਲਰ ਜ਼ਰੂਰ ਸ਼ੇਅਰ ਕਰਿਓ ਯੂਟਿਊਬ 'ਤੇ ਆ ਜੀ, ਤਾਂ ਕਿ ਉਹਦੀ ਰੀਚ ਵਧੇ, ਹਰ ਇੱਕ ਨੂੰ ਪਤਾ ਲੱਗੇ ਕਿ ਸਾਡੀ ਫਿਲਮ, ਇਸ ਫਿਲਮ ਨੂੰ ਸ਼ੋਜ਼ ਨਹੀਂ ਮਿਲੇ ਇੱਕ, ਕਿਉਂਕਿ ਮੈਂ ਕਿਸਾਨ, ਅਸੀਂ ਖੜ੍ਹੇ ਹਾਂ, ਮੈਂ ਨਹੀਂ ਕਿ ਅੱਗੇ ਤਰੀਕਾਂ ਪਾਈਏ, ਅਸੀਂ ਮੈਂ ਤਾਂ ਨਹੀਂ ਤਰੀਕਾ ਪਾਉਣ ਵਾਲਾ ਹੈ, ਤਾਂ ਕਿ ਆਉਣ ਵਾਲੇ ਕਲਾਕਾਰਾਂ ਲਈ ਵੀ ਹੋ ਜਾਵੇ ਕਿ ਉਹਨਾਂ ਨੂੰ ਆਹ ਚੀਜ਼ਾਂ ਨਾ ਦੇਖਣੀਆਂ ਪੈਣ ਜਿਹੜੀਆਂ ਚੱਲ ਰਹੀਆਂ। ਸੋ ਥੈਂਕ ਯੂ ਸੋ ਮਚ, ਧੰਨਵਾਦ ਜੀ।